ਲਓ ਜੀ, ਕੱਲ ਦੀ ਵੀਡੀਓ ਚ ਤੁਹਾਨੂੰ ਦਿਖਾਇਆ ਤਾ ਵੀ ਧੀਰੇ ਬਾਈ ਦੀ ਡਰਾਈਵਰੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਯਾਰ। ਬੈਗ ਨੂੰ ਅੰਦਰ ਲਿਆ ਨਾ, ਕਹਿੰਦੇ ਟਰੈਕਟਰ ਦੇ ਨਾਲ ਲੱਗ ਗਈ। ਬਾਈ ਕਿੰਨੇ ਲਵਾਇਆ? ਬਿਹਾਈ ਬੜਾ ਕਿਹੜਾ ਚਿੱਪ ਬੈਗ ਦਾ, ਟਰੈਕਟਰ ਖੜਾ ਤਾ ਬਾਈ, ਪਤਾ ਨੀ ਬਾਈ ਦਾ ਧਿਆਨ ਕਿੱਧਰ ਦਾ, ਇੱਕ ਸਾਈਡ ਤੇ ਚਿੱਪ ਪੈ ਗਿਆ। ਦੇਖੋ ਜੀ, ਲਓ ਜੀ, ਹਾਂ ਉਹ ਦੇਖੀ ਕਿਆ ਗੱਲ ਆ, ਖੋਈ ਦਿੱਤੀ ਫੁੱਲ ਜਿਹੜੀ ਢੇਰੀ ਲਾਈ ਪੀ, ਫੁੱਲਣੇ ਦਾ ਕਾਰਨ ਆਏ ਆ ਵੀ ਜਿਹੜਾ ਗੰਨਾ ਖੜਾ ਏ ਇਹਦਾ ਨੰਬਰ ਲਾਉਣਾ, ਰਸ ਕੱਢਣਾ ਸਾਰੇ ਦਾ ਹੀ ਕਿੱਦਣੇ। ਕਲਾੜੀ ਚੱਲੂ, ਹਾਂ ਹੁਣੇ ਨਿਬੇੜਾ ਕਰ ਦੇਣਾ ਸਾਰੇ ਦਾ। ਕਿੰਨੀਆਂ ਬੱਤਾਂ ਬਾਈ? 15-20 ਬੱਤਾਂ ਦਾ ਬਾਈ ਗੰਨਾ ਹਾਲੇ ਖੜਾ ਏ। ਜੱਗੇ ਨੂੰ ਕਿਸੇ ਦਾ ਫੋਨ ਆਇਆ, ਤੁਹਾਨੂੰ ਫਿਰ ਦੱਸੂਗੇ। ਦੇਖੋ ਜੀ ਕੰਮ ਚੱਲਦਾ ਜਾਰੀ। ਭੂਰੀ ਨੇ ਪੰਜਾ ਲੈ ਕੇ ਫੋਲਤਾ, ਕਹਿੰਦਾ ਧੁੱਪ ਦਾ ਲਾਹ ਲੈ ਲਓ, ਖਬਰੇ ਕਿਆ ਪਤਾ ਮੌਸਮ ਦਾ ਕਿੱਧਰ ਨੂੰ ਘੁੰਮ ਜਾਣਾ ਇਹ। ਇਹ ਵੀ ਸਰਕਾਰਾਂ ਨਾਲ ਦਾ ਹੀ ਹੋਇਆ ਪਿਆ, ਬਦਲੀ ਜਾਂਦਾ ਪਤਾ ਨੀ, ਹਿੱਸਾ ਪੱਤੀ ਲੱਗਦਾ ਇਹਨੇ ਵੀ ਪਾ ਲਈ, ਪੱਗੇ ਪੇ ਮੰਨਣ ਲੱਗ ਗਿਆ। ਹਾਂ ਜੱਗੇ, ਕਿਆ ਕੱਢਣਾ ਹੈ? ਰਸ ਕੱਢਣਾ ਹੈ। ਲੈ ਆ ਦੇ ਗੰਨੀ ਲਈ ਫਿਰਦਾ ਰੇ, ਮੈਂ ਤੇ ਕਿਆ ਨਿਕਲਣਾ ਹੈ, ਫੁਲਕਾ ਨਿਕਲਣਾ ਹੈ, ਮੁੰਡਾ ਖੁਸ਼ ਕਰਨਾ। ਜੱਗੇ ਨੇ ਮੁੰਡੇ ਨੂੰ ਖੁਸ਼ ਕਰਨੇ ਵਾਸਤੇ ਬਾਈ ਛੋਟਾ ਜਿਹਾ ਗੰਨਾ ਲੈ ਲਿਆ, ਬਾਪੂ ਨੂੰ ਵੀ ਖੁਸ਼ ਕਰਨੇ ਖਾਤਰ ਲੈ ਜਾਏਗਾ। ਹਾਂ ਇਹਦਾ ਬਾਪੂ ਨੀ ਬਾਈ ਖੁਸ਼ ਹੁੰਦਾ ਹੈਗਾ, ਉਹ ਬੜਾ ਚੀਪੜ ਬੰਦਾ ਹੈ ਨਾ, ਉਹ ਨੀ ਖੁਸ਼ ਹੁੰਦਾ ਹੈਗਾ। ਉਹਦਾ ਬੜਾ 5 ਲੀਟਰ ਡੋਲੀ ਮੰਗਦਾ, ਕਹਿੰਦਾ ਘਰ ਕੱਢ ਕੇ ਦੇ ਜਾਓ ਫਿਰ ਖੁਸ਼ ਹੋਊਗਾ, ਦੰਦਾਂ ਦਾ ਜ਼ੋਰ ਨੀ ਲਾਉਣਾ। ਕਰਹੀ ਪੂਰੀ ਕਹਿੰਦਾ ਜੇ ਦੰਦ ਤੋਂ ਟੁੱਟ ਕੇ ਲੋਕਾਂ ਨੇ ਕਹਿੰਦਾ ਬੁੜਾ ਹੋ ਗਿਆ, ਬੁੜਾ ਹੋ ਗਿਆ, ਨਾ ਨਾ ਜਵਾਨ ਹਲੇ। ਚੱਲ ਪੱਟ ਲਓ ਜੀ, ਹਾਂ ਉਹ ਦੇਖੀ ਕਿਆ ਗੱਲ ਆ, ਤਿੰਨ ਗੰਨੇ ਵੱਢਣ ਚੱਲਿਆ ਮੋਢੇ ਬਤਾ ਦਰਾ, ਤਿੰਨ ਗੰਨੇ ਜੱਗੇ, ਇਹ ਤਾਂ ਬਾਈ ਐਕਟਰ ਬਣ ਗਿਆ, ਪੂਰੀ ਦਾ ਬਾਈ ਪੂਰਾ ਐਕਟਰ ਬਣ ਗਿਆ। ਉਹ ਦੇਖੋ ਜੀ ਗੜਾਸਾ ਮੋਢੇ ਤੇ, ਕਲਾੜੀ ਧੋ ਰਹੀ ਆ, ਕਲਾੜੀ ਵੀ ਧੋਣੀ ਆ, ਪਾਣੀ ਆ ਗਿਆ ਅਦਰ, ਮੁੰਡਾ ਮਹਿਕ ਤੇ ਡਰਦਾ ਬਾਈ ਇਹ ਮੁੰਡਾ, ਕਿਉਂਕਿ ਮਹਿਕ ਨੂੰ ਮਿਲਿਆ ਨੀ ਨਾ ਕਰੇ, ਦੇਖਿਆ ਨੀ ਇਹਨੇ ਮਹਿਕ ਨੇ। ਧੋਤੀ ਜੀ ਕਲਾੜੀ ਜੱਗੇ ਨੇ, ਕਰਤੀ ਫਰੈਸ਼ ਹੈ ਨਾ, ਉਹ ਸਾਹਮਣੇ ਗਿਆ ਉਧਰ ਪੂਰੀ ਬਾਈ, ਕੀ ਹੋ ਗਿਆ ਗੰਨੇ ਕੱਢਣ ਚਾਚੂ ਆ। ਹੈਲੋ ਕਰ, ਹੈਲੋ ਕਰ ਦੱਸੋ, ਹੈਲੋ ਕਰ ਲੈ, ਕੁਛ ਨੀ ਕਹਿੰਦਾ ਲੈ, ਕੀ ਕਹਿੰਦਾ ਤੂੰ ਰੋਂਦਾ ਕਰ, ਚਾਚੂ ਆ ਉਹ ਜੇ ਐਕਟਰ ਹੋਣਾ ਹੈ ਜਗੇ, ਚਾਚੂ ਆ ਉਹ ਜੇ ਇੰਨਾ ਕੁ ਜ਼ੋਰ ਲਾਵੇ ਫੇਰ ਨਹੀਂ ਆ ਰਹਿਣਾ, ਫੇਰ ਤਾਂ ਮੈਂ ਇੱਕ ਬੱਤ ਮੈਂ ਕਰ ਦੂੰਗਾ ਬਾਈ ਪੂਰੀ, ਦੋ ਗੰਨਾ ਕਰ ਦੂੰਗਾ, ਉਹ ਤਾਂ ਪ੍ਰੈਸ਼ਰ ਸੇਰੀ ਵਾਲਾ ਕੰਮ ਮਾਰ ਗਿਆ, ਉਂਗਲੀ ਘੁੰਮਦੀ ਆ, ਪ੍ਰੈਸ਼ਰ ਸੇਰੀ ਵਾਲਾ ਕੰਮ ਆ ਬਾਈ, ਉਂਗਲੀ ਘੁੰਮਦੀ ਆ ਯਾਰ, ਇਹ ਲੋਡ ਹੁੰਦੀ ਫੇਰ ਨੀ ਘੁੰਮਦੀ ਹੈਗੀ, ਰਾਬੀ ਜੱਗਾ ਬਾਈ ਲੱਗ ਗਿਆ। ਰੋਟੀ ਹਜਮ ਹੋਣੀ ਬਾਈ 5 ਮਿੰਟ ਚ, ਆ ਗਿਆ ਆ ਗਿਆ ਉਧਰ ਕਰ ਗਿਆ ਫਿਲਮ ਵਾਲਾ ਬੰਦਾ ਬਾਈ ਆਪਣਾ, ਦੇਖੋ ਜੀ ਸਾਡਾ ਬੰਦਾ ਆ ਗਿਆ, 85 ਲੈ ਕੇ ਆਉਣ ਦਾ ਹੈ, ਇਧਰ ਆਟ ਪਵਾਉਂਦੀ ਕਲਾੜੀ ਚਾਰ ਬੰਦੇ, ਚਾਰ ਗੰਨੇ, ਇੱਕ ਗੰਨੇ ਵਿੱਚ ਬਾਈ ਡੇਢ ਗਲਾਸ ਆ, ਦੋ ਹੀ ਨਿਕਲ ਜਾਂਦੇ ਨੇ ਬਾਈ, ਦੋ ਗਲਾਸ ਨਿਕਲ ਜਾਂਦੇ ਆ,
ਓਏ ਰਾਜ ਕਿੱਥੇ ਆਉਣਾ, ਤੁਸੀਂ ਕਿੱਥੇ ਆਉਣਾ? ਓ ਆ ਗਿਆ ਆਉਂਦਾ ਜੱਗੇ ਬਿੱਟਾ ਆਉਂਦੀ ਰਹਿਣ ਦੀ ਪੂਰਾ ਰੋਟੀ ਖਾ ਕੇ ਜ਼ੋਰ ਮਾਰਦਾ ਪੂਰੀ ਵੀ ਜੱਗੇ ਤੈ ਜੱਗੇ ਨੇ ਨੀ ਖਾਧੀ ਬਾਈ ਰੋਟੀ ਖੇਤਾਂ ਚ ਦੋ ਤਿੰਨ ਵੱਜ ਜਾਂਦੇ ਪੂਰੀ ਕਹਿੰਦਾ ਜੱਗਾ ਕਹਿੰਦਾ ਮੈਂ ਨੀ ਖਾਧੀ ਅੱਜ ਤਾਂ ਗਲਾਸ ਵੀ ਆ ਗਏ ਤਰੱਕੀ ਹੋ ਗਈ ਇਹ ਬਾਈ ਹੈਗੀ ਦੇਸੀ ਜਿਮ ਹੈ ਦੇਸੀ ਜਿਮ ਗਲਾਸ ਲਾ ਲਾ ਦੋ ਗਲਾਸ ਹੋ ਗਏ ਜਗੇ ਬਹੁਤ ਜ਼ੋਰ ਲੱਗਦਾ ਬਾਈ ਬਹੁਤ ਜ਼ੋਰ ਖਿਲਾੜੀ ਕਿਹੜਾ ਸੌਖਾ ਏ ਢਿੱਡ ਕਰ ਦਿੰਦੀ ਹੈ ਜੱਗੇ ਨੇ ਉਧਰ ਮੁੰਡੇ ਨੂੰ ਬੁਲਾਈ ਜਾਂਦਾ ਏ ਦੇਖੋ ਜੀ ਰਸ ਬਾਲ ਚ ਕਿਤੇ ਬਾਈ ਕੰਮ ਖਰਾਬ ਨਾ ਹੋ ਜਾਵੇ ਪਰ ਉਹ ਕਿਹੜੇ ਘੱਟ ਆ ਸਵਾਦ ਲੈ ਲੈ ਪੀਂਦਾ ਦੇਖ ਤੁਸੀਂ ਬਾਪੂ ਨੇ ਆਪਾਂ ਨੂੰ ਗਾਲਾਂ ਕੱਢਣੀਆਂ ਕਾਤੇ ਅਸੀਂ ਕਹਿਣਾ ਪਲਾਏ ਨਹੀਂ ਭਾਈ ਭਾਈ ਐਨ ਮਿੱਠਾ ਮਿੱਠਾ ਇੱਕ ਨੰਬਰ ਸਵਾਦ ਆ ਗਿਆ ਜ਼ਿੰਦਗੀ ਦਾ ਤਾਜ਼ਾ ਰਸ ਕਰ ਦਿੰਦੇ ਜੀ ਬਾਪੂ ਜੀ ਜੀ ਪੀਣੀ ਉਹਨੇ ਕਹਿੰਦਾ ਪੂਰੀ ਬਣਾਈ ਪੂਰੀ ਕਿਹਨੂੰ ਦੇਣਾ ਰਸ ਭਾਈ ਬਾਪੂ ਨੂੰ ਜੱਗੇ ਦੇ ਨੂੰ ਪੀ ਲੂਗਾ ਪੀ ਲੈਣਾ ਉਹਨੂੰ ਕੀ ਨਾ ਮਿੱਠੇ ਦਾ ਮਿੱਠੇ ਦਾ ਪੂਰਾ ਅੱਜ ਪਤਾ ਨਹੀਂ ਕਿਆ ਗੱਲ ਆ ਬਾਈ ਅੱਜ ਇੱਕ ਗਲਾਸ ਵੀ ਮਸੀ ਪੀ ਹੁੰਦਾ ਨਹੀਂ ਡੱਬਾ ਪੀ ਜਾਂਦੇ ਆ ਅੱਜ ਰੋਟੀ ਖਾਧੀ ਵੀ ਸਵੇਰ ਦਾ ਟਾਈਮ ਨਹੀਂ ਅੱਗੇ ਦੁਪਹਿਰ ਜੀ ਨੂੰ ਆਏ ਕਰਦੇ ਆ ਇੱਕ 2 ਵਜੇ ਹਾਂ 1-2 ਵਜੇ ਆ ਟਾਈਮ ਤੇ ਭੁੱਖ ਤਾਂ ਘੱਟ ਹੁੰਦੀ ਆ ਤੁਹਾਨੂੰ ਪਤਾ ਹਲੇ 10-11 ਵਜੇ ਅੱਜ ਸੱਜਰੀ ਜੱਗੇ ਨੇ ਕਲਾੜੀ ਚਲਾ ਲਈ ਲਓ ਜੀ ਕੱਲ ਦੀ ਵੀਡੀਓ 'ਚ ਤੁਹਾਨੂੰ ਦਿਖਾਇਆ ਤਾਂ ਵੀ ਧੀਰੇ ਬਾਈ ਦੀ ਡਰਾਈਵਰੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਯਾਰ ਬੈਗ ਤੋਂ ਅੰਦਰ ਲਿਆ ਇਹਦਾ ਕਹਿੰਦਾ ਟਰੈਕਟਰ ਦੇ ਨਾਲ ਲੱਗ ਗਈ ਬਾਈ ਕਿੱਲੇ ਲਵਾਇਆ ਬਿਹਾਈ ਬੜਾ ਕਿਹੜਾ ਚਿੱਪ ਪੈ ਗਿਆ ਤਾ ਟਰੈਕਟਰ ਖੜਾ ਤਾ ਬਾਈ ਪਤਾ ਨੀ ਬਾਈ ਦਾ ਧਿਆਨ ਕਿੱਧਰ ਤਾ ਇੱਕ ਸਾਈਡ ਤੇ ਚਿੱਪ ਪੈ ਗਿਆ ਦੇਖੋ ਜੀ ਤੇ ਫਿਰ ਚਿੱਪ ਵੀ ਆਪੇ ਕੱਢਤਾ ਕਹਿੰਦਾ ਆ ਪਟਲੀ ਸਾਰੀ ਉਹ ਦੇਖ ਲਓ ਜੀ ਕੱਲ ਅਸੀਂ ਲਿਖਿਆ ਜੀ ਦਾ ਵੀ ਗੱਡੀ ਠੋਕਤੀ ਠੋਕੀ ਤੀ ਕੱਲ ਦਿਖਾ ਨੀ ਹੋਈ ਅੱਜ ਫਿਰ ਤੁਹਾਨੂੰ ਦਿਖਾ ਤੀ ਕੱਲ ਮੁੰਡਾ ਜ਼ਿਆਦਾ ਕ੍ਰੋਧ ਮਾਤਾ ਮੈਂ ਕਿਹਾ ਛੱਡ ਵਰੇ ਅੱਜ ਠੰਡਾ ਹੋ ਗਿਆ ਨੀ ਬਾਈ ਡੈਂਟਿੰਗ ਮੈਂਟਿੰਗ ਵੀ ਕਰ ਲੈਂਦੇ ਜੋ ਆ ਗਿਆ ਲੋਡ ਕਰ ਲਈਦਾ ਦੇਖ ਲਓ ਬਾਈ ਹੁੰਦਾ ਤਾਂ ਕੁਛ ਨੀ ਪਲਾਸਟਿਕ ਇਹ ਹੈ ਵੈਸੇ ਟੀਨ ਜੀ ਉਹ ਆ ਬਾਈ ਟਰੈਕਟਰ ਦੇ ਮਾੜੀ ਜਿਹੀ ਪੈਂਫਰ ਕੇ ਲੱਗੀ ਹੈ ਉਹ ਵਿੱਚ ਨੂੰ ਵੜ ਗਈ ਤੀ ਹੋਰ ਤਾਂ ਕੁਛ ਨੀ ਤਾਂ ਹੋਇਆ ਬਾਕੀ ਬਾਈ ਟਰੈਕਟਰ ਇੰਨੇ ਖੜੇ ਤੇ ਮੂਹਰੇ ਬਾਈ ਨੂੰ ਆਪ ਨੀ ਸਮਝ ਲੱਗਿਆ ਕਿੱਧਰ ਨੂੰ ਲੈ ਕੇ ਜਾਵਾਂ 1-2-3-4 ਚ ਲੱਗੇਗੀ ਜਾ ਕੇ ਬਾਈ ਚੱਕਰ ਪਤਾ ਕਿਆ ਏ ਟਰੈਕਟਰ ਦੇ ਟਾਇਰ ਦਿਖਦੇ ਹੁੰਦੇ ਆ ਜਦ ਚਲਾਉਂਦੇ ਆ ਗੱਡੀ ਦੇ ਟਾਇਰ ਨੀ ਬਾਈ ਨੂੰ ਦੇਖੇ ਮੂਹਰੇ ਵਾਲੇ ਵੀ ਕਿੱਧਰ ਨੂੰ ਮੁੜਦੇ ਟਰੈਕਟਰ ਪਤਾ ਧਿਆਨ ਹੁੰਦਾ ਵੀ ਮੂਹਰੇ ਵਾਲੇ ਟਾਇਰ ਕਿੱਥੇ ਆ ਕਿਆ ਇਹ ਪ੍ਰੈ ਬ੍ਰੇਕ ਆ ਕਬੀਲ ਆ ਬਾਈ ਬ੍ਰੇਕ ਹੁੰਦੀ ਇਹ ਪ੍ਰੈਸ਼ਰ ਹੈ ਡਿਸਕ ਬ੍ਰੇਕ ਆ ਬਾਈ ਦੇਖ ਲਓ ਇਹ ਤੁਸੀਂ ਸੋਨਾ ਲੀਕਾ ਹੀ ਕਾਹਤੇ ਲੈਂਦੇ ਬਾਈ ਇੰਨਾ ਪਿਆਰ ਸਾਰੇ ਸੋਨਾ ਲੀਕਾ ਖੜੇ ਬਾਈ ਤੂੰ ਦੱਸ ਰਿਹਾ ਰਾਜ ਕਿਆ ਹੈ ਹੋਰ ਟਰੈਕਟਰ ਪਸੰਦ ਨਹੀਂ ਕੋਈ ਸ਼ੁਰੂ ਤੋਂ ਹੀ ਸੋਨਾ ਲੀਕਾ ਰੱਖੇ ਇਹਦੇ ਨਾਲ ਪਿਆਰ ਹੈ ਬਾਈ ਬਾਈ ਜਿੰਨੇ ਵੀ ਲਿਆਉਂਦੇ ਆ ਦੇਖ ਲਓ ਅੱਜ ਵੀ 4 ਟਰੈਕਟਰ ਖੜੇ ਕਰ
ਚਾਰੇ ਸੋਨਾਲੀਕਾ ਏ, ਕੋਈ 55 ਨਹੀਂ, ਕੋਈ ਅਰਜਨ ਨਹੀਂ, ਕੋਈ ਜੋਂਡੀਅਰ ਨਹੀਂ, ਹੈ ਜਾਂ ਇੱਕ ਹਰ ਖੜਾ ਏ ਪਰਲੀ ਸਾਈਡ ਬੁਲਡੋਜ਼ਰ ਬੱਕੀ ਪਾੜ, ਇਹ ਬਾਈ ਖੜਾ ਹੀ ਹੈ, ਖੜਾ ਹੀ ਲੱਖਾਂ ਦਾ ਬਾਈ, ਇਹ ਸ਼ੌਂਕ ਪੂਰੇ ਕਰਨੇ ਆ, ਬਾਕੀ ਦਿਖਾ ਵੀ ਦਿੰਦੇ ਸਾਨੂੰ ਕਿਹੜੇ ਕਿਹੜੇ ਖੜੇ। ਇਹ ਕਿਹੜਾ ਬਾਈ? 750 ਇਹਦੇ ਨਾਲ। ਅੱਛਾ ਇੰਡੋ ਫਾਰਮਿਕ, ਇਹ ਵੀ ਨੀਲਾ ਹੀ ਹੈ, ਉਹ ਵੀ 750 ਪਰ ਇਹ 60। ਤਿੰਨ ਬਾਈ ਸੋਨਾਲੀਕਾ ਖੜੇ ਆ, ਨੀਲੇ ਰੰਗ ਨਾਲ ਪਿਆਰ ਆ ਬਾਈ, ਬਾਕੀ ਗੱਲਾਂ ਛੱਡੋ ਤੁਸੀਂ, ਨੀਲੇ ਰੰਗ ਨਾਲ ਪਿਆਰ ਹੈ ਬਾਈ। ਸ਼ੁਰੂ ਤੋਂ ਬਾਈ ਵਪਾਰ ਪਾਣੇ ਦਾ ਕੰਮ ਕਰਦਾ ਹੁੰਦਾ, ਟਰੈਕਟਰ ਟਰਾਲੀਆਂ ਫਾਲੇ ਤਵੀਆਂ ਸਵਾਗੇ, ਦੇਖ ਲਓ ਕਿ ਹੁਣ ਕਿੱਥੇ ਆ ਗਿਆ, ਹੌਲੀ ਹੌਲੀ ਤਰੱਕੀ ਕਰਦਾ ਜਾਂਦਾ। ਲੋਡਰ ਵੀ ਲਿਆ, ਹੁਣ ਗਾਹਾਂ ਨੂੰ ਜਹਾਜ਼ ਰਹਿ ਗਿਆ, ਉਹਦਾ ਇੰਜਨ ਲਿਆਉਣਾ ਆਪਾਂ ਨੇ, ਲਿਆ ਕੇ ਆਪਾਂ ਨੇ ਤਿਆਰ ਕਰ ਲੈਣਾ ਕਿ ਨਹੀਂ, ਮਾੜਾ ਮੋਟਰ ਉਡਾਏ ਕਰੂਗੇ ਆਪਾਂ, ਜੇ ਜ਼ਿਆਦਾ ਨਹੀਂ ਉੜੂਗਾ, ਰੋਪੜ ਤੱਕ ਤਾਂ ਜਾ ਸਕਦਾ ਆਪਣੇ ਵਾਲਾ। ਬੱਲੇ ਚਾਬੀਆਂ ਦੇਖੋ ਇੱਧਰ ਕਿਹੜੇ ਹਿਸਾਬ ਨਾਲ ਖੜਾਈਆਂ ਪਈਆਂ, ਕਹਿੰਦਾ ਕੋਈ ਤਾਂ ਲੱਗੂਗੀ ਉਹ ਬਾਈ ਕਹਿੰਦਾ। ਲਓ ਜੀ ਜਿੱਦਾਂ ਖੋਲੀ ਦੀ ਹੁਣ ਉੱਦਾਂ ਹੀ ਇਕੱਠੀ ਹੋਣ ਲੱਗ ਗਈ, ਆਹ ਸਾਈਡ ਲੱਗ ਗਈ ਤੀ ਬਾਈ, ਖੜਕਾ ਸੁਣ ਕੇ ਤਾਂ ਜਾਂ ਲੱਗ ਗਈ ਤੀ, ਹੈ ਖੜਕਾ ਕਹਿੰਦਾ ਤੁਸੀਂ ਸੁਣ ਦਿੰਦੇ, ਖੜਕਾ ਥੋੜ੍ਹਾ ਜਿਹਾ ਸੁਣ ਕੇ ਆਇਆ ਬਾਈ ਨੇ ਰੋਕ ਲਈ, ਜੇ ਨਾ ਰੋਕਦਾ ਹਾਲ ਤਾਂ ਥੋੜ੍ਹੀ ਜਿਹੀ ਪਲੇਟ ਏ ਮੋਚੀ ਦੀ, ਨਹੀਂ ਫਿਰ ਥੋੜ੍ਹਾ ਜੇ ਵਿੱਚ ਕੁਛ ਮੋਚੀ ਜਾਂਦਾ ਫਿਰ ਔਖਾ ਹੋ ਜਾਣਾ, ਤਾਂ ਪਲੇਟ ਪਲੂਟ ਦਾ ਚੱਲ ਜਾਂਦਾ ਹੈ। ਫੋਨ ਵੱਜਦਾ ਬਾਈ ਤੇਰਾ, ਕੇ ਕੰਪਨੀ ਵਾਲੇ ਬਾਈ ਕਿਆ ਕਹਿੰਦੇ, ਪੁੱਛਿਆ ਫੋਨ ਕਰਕੇ ਤਾਂ ਪੁੱਛ ਰਹੀ ਹਾਂ ਬਾਈ, ਆਪਕਾ ਪੈਕ ਖਤਮ ਹੋਣੇ ਵਾਲਾ ਏ ਬਾਈ, ਕਹਿੰਦਾ ਸਾਨੂੰ ਸਭ ਪਤਾ ਏ, ਸਾਨੂੰ 2 ਦਿਨ ਪਹਿਲਾਂ ਪਤਾ ਲੱਗ ਜਾਂਦਾ ਏ। ਕਿੰਨੇ ਨੰਬਰ ਆ ਟਾਇਰ ਦਾ? 13 ਨੰਬਰ ਹੋਣਾ ਹੈ ਨਾ, ਦੇਖੀ ਨਾ ਪਰਲੀ ਸਾਈਡ ਆਊਂਗਾ, ਤੁਹਾਨੂੰ ਦੱਸਦੇ ਨੇ ਬਾਈ ਇੰਡੀਕਾ ਦਾ ਟਾਇਰ ਕਿੰਨੇ ਨੰਬਰ ਹੈ, 16 ਕਿਤੇ ਨਾ 13 ਹਾਂ 13 ਨੰਬਰ ਟਾਇਰ ਆ ਬਾਈ, ਦੇਖ ਲਓ। ਲਓ ਜੀ ਜਿੱਕਣਾ ਗੱਡੀ ਖੋਲੀ ਤੀ, ਉੱਕਣਾ ਹੀ ਜੋੜਤੀ, ਕਰਤਾ ਡੈਂਟਿੰਗ ਬੈਂਟਿੰਗ, ਹੋ ਗਈ ਲੋਟ ਬਾਈ ਮੁੰਡਿਆ, ਰੰਗ ਰਹਿ ਗਿਆ, ਬਾਕੀ ਜਿਹੜੀ ਚਿੱਬ ਤਾਂ ਚਿੱਬ ਕਰਤਾ, ਮੁੰਡਾ ਕਹਿੰਦਾ ਬੁਰੀ ਲੱਗਦੀ ਤੀ, ਕਹਿੰਦੇ ਮੁੰਡੇ ਨੇ ਰਾਤ ਰੋਟੀ ਨਹੀਂ ਖਾਧੀ, ਮੁੰਡੇ ਨੂੰ ਗੁੱਸਾ ਚੜਿਆ ਹੋਇਆ ਤਾ, ਸਵੇਰੇ ਚਿੱਬ ਕੱਢ ਕੇ ਤਾਂ ਰੋਟੀ ਖਾਣੀ ਹੁਣ ਮੁੰਡੇ ਨੇ, ਹੈ ਚੰਗੀ ਨਹੀਂ ਲੱਗਦੀ ਕਹਿੰਦਾ। ਦੇਖੋ ਟਿੱਕਣਾ ਖੋਲੀ ਵੀ ਤੀ ਬਾਈ ਤੁਸੀਂ, ਥੋੜ੍ਹੇ ਟਾਈਮ ਪਹਿਲਾਂ ਦੇਖੀ ਹੈ, ਬੰਦੀ ਉੱਕਣੀ ਦੇਖ ਲਓ, ਕਹੇ ਕਰੀਏ ਯਾਰ ਕੰਮ ਤਾਂ ਕੋਈ ਵੀ ਮਾੜਾ ਨਹੀਂ, ਹਿੰਦੂ ਕੁਛ ਵੀ ਸਿੱਖ ਸਕਦੇ ਆਪਾਂ, ਸਮਾਨ ਹੋਣਾ ਚਾਹੀਦਾ ਕੋਲ, ਮਸ਼ੀਨ ਹੁੰਦੀ ਪੇਂਟ ਵਾਲੀ, ਕਹਿੰਦਾ ਪੇਂਟ ਵੀ ਕਰ ਦੇਣਾ, ਨਹੀਂ ਜੱਗੇ ਨੂੰ ਬੁਲਾਉਂਦੇ, ਦੇਖਦੇ ਕਿਆ ਬਣਦਾ।